ਤੁਸੀਂ ਵੇਖ ਸਕਦੇ ਜੀ ਸਰਕਾਰੀ ਮਿਡਲ ਸਕੂਲ ਦਫ਼ਤਰ ਖੇਤਰ ਦੇ ਵਿਦਿਆਰਥੀ ਐਕਟੀਵਿਟੀ ਕਾਲਜ ਕਰਦੇ ਪਏ ਨੇ। ਇਹਨਾਂ ਨੂੰ ਅਸੀਂ ਕੁਛ ਐਕਟੀਵਿਟੀ ਦਿੱਤੀ ਜਿਨ੍ਹਾਂ ਵਿੱਚ ਪੰਜਾਬੀ ਗ੍ਰੈਮਰ ਲਈ ਇੱਕ ਚਾਰਟ ਤਿਆਰ ਕਰਨਗੇ ਅਤੇ ਇੱਥੇ ਸਾਡੀ ਜਿਹੜੀ ਗੁੜੀਆ ਹੈ ਪ੍ਰਭਜੋਤ ਕੌਰ, ਇਹ ਵੀ ਮਤਲਬ ਆਪਣੇ ਸਕੂਲ ਦਾ ਜਿਹੜਾ ਲੋਗੋ ਤਿਆਰ ਕਰ ਰਹੀ ਹੈ ਅਤੇ ਉਹਦੇ ਨਾਲ ਗੁਰਪ੍ਰੀਤ ਜਿਹੜੀ ਹੈ ਉਹ ਵੀ ਬੜੀ ਮਿਹਨਤ ਨਾਲ ਆਪਣਾ ਕੰਮ ਕਰ ਰਹੀ ਹੈ, ਸਹਿਜ ਵੀ ਲੱਗ ਰਿਹਾ ਨਾਲ ਨਾਲ। ਸੋ ਵੇਖ ਸਕਦੇ ਹਾਂ ਕਿ ਬੱਚਿਆਂ ਜਿਹੜੀ ਪੜ੍ਹਨ ਦੀ ਜਿਹੜੀ ਆ ਰੁਚੀ ਜਿਹੜੀ ਉਹ ਬੜੀ ਵਧੀਆ ਤਰੀਕੇ ਨਾਲ ਵੱਧ ਰਹੀ ਹੈ, ਸਿੱਖਣ ਦੀ ਇਹ ਬੜੀ ਸੋਹਣੀ ਉਮਰ ਹੈ। ਠੀਕ ਹੈ, ਤਾਂ ਆਪਣੇ ਕੰਮ ਪ੍ਰਤੀ ਗੰਭੀਰ ਹੋਣਾ। ਇਹਨੂੰ ਅਸੀਂ ਜਦੋਂ ਅਸੀਂ ਐਜ਼ ਏ ਟੀਚਿੰਗ ਏਡ ਜਾਂ ਟੀਚਿੰਗ ਲਰਨਿੰਗ ਦੇ ਤੌਰ 'ਤੇ ਜੇ ਆਪਾਂ ਇਹਦੀ ਗੱਲ ਕਰੀਏ ਤਾਂ ਇਹਨੂੰ ਆਪਾਂ ਕਹਿੰਦੇ ਹੁੰਦੇ ਸੀ ਜਦੋਂ ਅਸੀਂ ਕਰੀ ਪ੍ਰੋਜੈਕਟ ਵਰਕ ਕਹਿੰਦੇ ਹੁੰਦੇ ਸੀ। ਸੋ ਇਹ ਵਰਕ ਜਿਹੜਾ ਵਿਦਿਆਰਥੀਆਂ ਵਿੱਚ ਕਿਹੜੀ ਆ ਹੱਲ ਕਰਕੇ ਕੰਮ ਕਰਨ ਦੀ ਭਾਵਨਾ ਨੂੰ ਬੜਾ ਜ਼ਿਆਦਾ ਵਿਕਸਿਤ ਕਰਦਾ ਹੈ। ਅਸੀਂ ਸਿਰਫ ਇਹਨਾਂ ਨੂੰ ਗਾਈਡ ਹੀ ਕਰਨਾ, ਇਹਨਾਂ ਨੇ ਕੰਮ ਸਾਰਾ ਆਪ ਹੀ ਕਰਨਾ। ਸੋ ਇਹ ਵਿਧੀ ਜਿਹੜੀ ਹੈ ਕਿਲ ਪੈਟਰਿਕ ਦੁਆਰਾ ਬਣਾਈ ਗਈ ਸੀ। ਸੋ ਕਿਲ ਪੈਟਰਿਕ ਜਿਹੜੀਆਂ ਵਿਧੀਆਂ ਨੇ ਉਹ ਅਸੀਂ ਕੋਸ਼ਿਸ਼ ਕਰ ਰਹੇ ਕਿ ਇਹਨਾਂ ਨੂੰ ਇੰਪਲੀਮੈਂਟ ਕੀਤਾ ਜਾਵੇ। ਬਹੁਤ ਹੀ ਵਧੀਆ ਲੱਗਦਾ ਜਦੋਂ ਵਿਦਿਆਰਥੀ ਇੰਨੀ ਸਮੂਹ ਦੀ ਭਾਵਨਾ ਨਾਲ ਮਿਲ ਕੇ ਕੰਮ ਕਰਦੇ।